तो उसमें काई जी ना जाकर संस्था से मैं दिया तो गांव रहते हैं ना हाँ हाँ वो बड़े नामी के नामी बंदे जो सारे बाल दुबा दिया तो संस्था हाँ चंगे तकड़े जवान सी हाँ वो फिर आगे आगे जाते सारे बाल दे पीछे हो गए उन्हें क्या फिर पीछे हो जाए तू तू पीछे हो जाए हमारा सीन निपट गया अरे निपट गया बाबू बच के जाके आ गए हो मैं तो सामने खड़ गया आकर ਪਰ ਜਦੋਂ ਅਗਰ ਬੱਚੇ ਜੰਮੇ ਪਲੇ ਹੱਥਾਂ ਦੀ ਬੱਚੀਆਂ ਅੱਜ ਆਪ ਚੁੱਕੇ ਹਾਂ ਅੱਜ ਤੁਸੀਂ ਬਾਹਰ ਆ ਕੇ ਦੁਸ਼ਮਣ ਬਣ ਗਏ ਹਾਂ ਹਾਂ ਲੇਵੇ ਜਾ ਸਾਡੇ ਪਿੰਡ ਤੋਂ ਬਾਹਰ ਉਹ ਨਹੀਂ ਪੁਜਾਏ ਉਹ ਦਿਆ ਤੇ ਸੰਤਾ ਨੇ ਹਾਂ ਸ਼ਾਬਾਸ਼ ਵੀ ਦਿਆ ਤੇ ਉਹਨਾਂ ਨੇ ਭੈਣਾ ਭਰਾਵਾਂ ਮੰਗੋ ਸੀ ਯਾਰ ਸਾਡੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਇਕੱਠੇ ਖੇਲਦੇ ਹੁੰਦੇ ਸੀ ਅੱਛਾ ਮਜਬੂਰ ਇੱਕੋ ਹੀ ਖੂਹ ਸੀਗਾ ਸਾਡਾ ਅੱਛਾ ਉਹ ਤੋਂ ਪਾਣੀ ਭਰਦੇ ਸੀ ਬੜੀ ਇੱਜ਼ਤ ਕਰਦੇ ਸੀ ਯਾਰ ਹਾਂ ਹਾਂ ਉਹਨਾਂ ਨੇ ਕੁੜੀਆਂ ਨੂੰ ਸਾਰੇ ਘਰ ਸੰਭਾਲ ਦਿੱਤਾ ਉਹਨਾਂ ਦੇ ਵਾਦ ਨੇ ਵੀ ਇਹ ਬੱਚਾ ਤੁਹਾਡੇ ਘਰ ਹੈ ਮੈਂ ਜਿੰਦਾ ਰਿਹਾ ਤੁਹਾਨੂੰ ਆਪਣੇ ਮਾਂ ਬਾਪ ਕੋਲ ਨੂੰ ਪਜਾਊਗਾ ਉਹਨਾਂ ਮੁੰਡਿਆਂ ਨੂੰ ਕਹਿੰਦਾ ਪੁੱਤ ਇੱਧਰ ਨੂੰ ਗਹਿਰੀ ਆ ਕੇ ਤੁਹਾਡੀਆਂ ਛੱਡੀਆਂ ਭੈਣਾਂ ਹੈ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਠੀਕ ਹੋ ਜੀ ਅੱਲਾਹ ਖੁਸ਼ ਹੋ ਗਈ ਜਿਹੜੀ ਕਿ ਨਾ ਨਜ਼ਰ ਦੇ ਮੋਹੇ ਉੱਤੋਂ ਨਿਕਲ ਜਾਂਦੀ ਹੈ ਅੱਛਾ ਅੱਛਾ ਕੋਈ ਗੱਲ ਨਹੀਂ ਚਲੋ ਜੀ ਚਲੋ ਆ ਜਾਓ ਚਲੋ ਮਿਲੋ ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਕੀ ਹਾਲ ਹੈ ਮਿਹਰਬਾਨੀ ਜੀ ਅੱਲਾਹ ਦੀ ਬੜੀ ਰਹਿਮ ਆ ਜਾਓ ਸੋ ਜੀ ਦੋਸਤੋ ਚੈਨਲ ਇੱਕ ਸੀ ਪੰਜਾਬ ਦੇ ਨਾਲ ਤਾਰਕ ਗੁੱਜਰ ਅਤੇ ਪ੍ਰੋਫੈਸਰ ਅਹਿਮਦ ਅਬਦੁੱਲਾ ਤੁਹਾਡੇ ਨਾਲ ਨੇ ਅਤੇ ਪੰਜਾਬ ਦੀ ਤਾਰੀਖ ਦਾ ਸਫ਼ਰ ਕਰਦੇ ਹੋਏ ਪਿੰਡ ਦਰ ਪਿੰਡ ਫਿਰਦੇ ਹੋਏ ਚੱਕ ਨੰਬਰ 109 ML ਇਸ ਵੇਲੇ ਅਸੀਂ ਪਹੁੰਚੇ ਹਾਂ ਪਿੰਡ ਫੂਕਾਪੁਰ ਬਾੜੀਆਂ ਇਸ ਵੇਲੇ ਸਾਡੇ ਨਾਲ ਹੈ ਪਿੰਡ ਫੂਕਾਪੁਰ ਬਾੜੀਆਂ ਵਾਲਿਆਂ ਨੇ ਆਪਣੇ ਪਿੰਡ ਦੀ ਕਲਮ ਲਾਈ ਹੈ ਆ ਕੇ ਚੱਕ ਨੰਬਰ 109 ML 'ਚ ਬਜ਼ੁਰਗ ਸਾਡੇ ਨਾਲ ਬੈਠੇ ਆ ਕਰਮਦੀਨ ਇਹਨਾਂ ਦੇ ਕੋਲੋਂ ਬਲਦ ਪੋਲੂ ਪੋਲੂ ਇਹਨਾਂ ਦੇ ਬਾਈ ਦਾ ਨਾਂ ਤੇ ਇਹਨਾਂ ਦੇ ਕੋਲੋਂ ਅਸੀਂ ਪੁੱਛਦੇ ਹਾਂ ਇਹਨਾਂ ਦੇ ਪਿੰਡ ਦਾ ਹਾਲ ਹਵਾਲ ਇਹਨਾਂ ਦੇ ਪਿੰਡ ਦੇ ਆਲੇ ਦੁਆਲੇ ਦਾ ਹਾਲ ਹਵਾਲ ਤੇ ਵੰਡ ਦੇ ਦੌਰਾਨ ਉਜਾੜੇ ਜਦੋਂ ਪਏ ਉਦੋਂ ਇਹਨਾਂ ਦੇ ਉੱਤੇ ਕੀ ਬੀਤੀ ਹੈ ਜੋ ਸਾਰੇ ਪੰਜਾਬ ਦੇ ਉੱਤੇ ਬੀਤੀ ਹੈ ਸਾਰਿਆਂ ਦੇ ਨਾਲ ਜਿਹੜੀ ਕਹਾਣੀ ਹੋਈ ਹੈ ਉਹਨਾਂ 'ਚੋਂ ਇੱਕ ਕਹਾਣੀ ਇਹਨਾਂ ਦੀ ਵੀ ਹੈ ਤੇ ਕਿਸ ਤਰ੍ਹਾਂ ਦਾ ਪਿੰਡ ਸੀ ਜੀ ਆਪਣਾ ਕਿੱਡਾ ਕੁ ਪਿੰਡ ਸੀ ਬਸ 80-100 ਘਰ ਸੀ ਉਦੋਂ ਆਬਾਦੀਆਂ ਥੋੜ੍ਹੀਆਂ ਹੁੰਦੀਆਂ ਸੀ ਦੁਨੀਆਂ ਥੋੜ੍ਹੀ ਹੁੰਦੀ ਸੀ ਬਾਕੀ ਸਾਰੇ ਹਿੰਦੂ ਮਿਲਦੇ ਭੈਣ ਭਰਾਵਾਂ ਮੰਗੋ ਸੀ ਬੜੀ ਇੱਜ਼ਤ ਕਰਦੇ ਸੀ ਸਾਡੀ ਬੜੀ ਇੱਜ਼ਤ ਕਰਦੇ ਸੀ ਸਾਡੇ ਮਗਰ ਵੀ ਆਏ ਉਹ ਭੱਦੀ ਕੈਂਪ ਦੇ ਵਿੱਚ ਵੀ ਤੁਸੀਂ ਮੁੜੋ ਅੱਛਾ ਤੇ ਤੁਹਾਨੂੰ ਅਮਨ ਦੇ ਵਿੱਚ ਫਿਰ ਪਾਕਿਸਤਾਨ ਪਹੁੰਚਾ ਦੇ ਬੋਲੇਗਾ ਅੱਛਾ ਅਮਨ ਦੇ ਵੇਲੇ ਹਜੇ ਖਤਰਾ ਆਹੋ ਤੁਸੀਂ ਆ ਜਾਓ ਪਿੰਡ 'ਚ ਤੁਹਾਨੂੰ ਜਦੋਂ ਅਮਨ ਹੋ ਗਿਆ ਤਾਂ ਪਾਕਿਸਤਾਨ ਪਹੁੰਚਾ ਦੇਣਾ ਉਹਨਾਂ ਨੇ ਬੜਾ ਸਾਡੇ ਨਾਲ ਸਾਡੇ ਵਾਲਦ ਸ਼ਰੀਫ ਦੇ ਨਾਲ ਨਾ ਬੜਾ ਭਰਾਵਾਂ ਮੰਗੋ ਸੀ ਯਾਰ ਸਾਡੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਇਕੱਠੇ ਖੇਲਦੇ ਹੁੰਦੇ ਸੀ ਅੱਛਾ ਮਜਬੂਰ ਇੱਕੋ ਹੀ ਖੂਹ ਸੀਗਾ ਸਾਡਾ ਅੱਛਾ ਖੂਹ 'ਚੋਂ ਪਾਣੀ ਭਰਦੇ ਸੀ ਬੜੀ ਇੱਜ਼ਤ ਕਰਦੇ ਸੀ ਯਾਰ ਮਕਾਨਾਂ ਨੇ ਸਾਡਿਆਂ ਨੂੰ ਮਕਾਨਾਂ ਨੂੰ ਪੱਕੇ ਮਕਾਨ ਸੀ ਪੌੜੀ ਚੜੀ ਹੋਈ ਅੱਛਾ ਤੇ ਉਹਨਾਂ ਨੇ ਮਜਬੂਰ ਧੰਦੇ ਲਾ ਤੇ ਅਸੀਂ ਸਾਡੇ ਆ ਗਏ ਫਿਰ ਕੈਂਪ ਦੇ ਵਿੱਚ ਫਿਰ ਉਹ ਸਾਡੇ ਮਗਰ ਆਏ ਉਹ ਅੱਛਾ ਤੇ ਸਾਡੇ ਬਾਲ ਦੀ 5-10 ਬੰਦੇ ਆਏ ਮਿਹਨਤ ਕੀਤੀ ਚਲੋ ਤੁਹਾਡੇ ਪਰੇ ਪਰ ਉੱਧਰ ਮਕਾਨ ਖੜੇ ਮਾਲ ਵੀ ਇੱਥੇ ਤੁਹਾਡਾ ਡੰਗਰ ਪਸ਼ੂ ਗਿਆ ਉਹ ਵੀ ਅਸੀਂ ਲਿਆ ਬੋਗੇ ਤੇ ਤੁਸੀਂ ਮੁੜਿਆ ਤੁਸੀਂ ਮੁੜੋ ਸਾਡੇ ਨਾਲ ਚੱਲੋ ਸਾਡਾ ਬਾਲ ਨਹੀਂ ਮੰਨਿਆ ਕਹਿੰਦਾ ਨਾ ਜਿੱਥੇ ਹੋਰ ਸ਼ਹੀਦ ਹੋ ਗਈ ਉੱਥੇ ਅਸੀਂ ਵੀ ਨਾਲ ਮਰਾਂਗੇ ਮੁੜਨਾ ਨਹੀਂ ਹੈ ਆਪਣੇ ਨਬੀ ਦਾ ਕਲਮਾ ਛੋੜ ਕਰ ਪਿੱਛੇ ਨਹੀਂ ਮੁੜਨਾ ਹੁਣ ਅੱਗੇ ਹੀ ਜਾਣਾ ਉੱਦਾਂ ਇਹ ਹੈ ਵੀ ਇੰਨਾ ਪਤਾ ਨਹੀਂ ਕਿੰਨੀਆਂ ਪੁਸ਼ਤਾਂ ਤੋਂ ਉੱਥੇ ਬੈਠੇ ਸੀ ਉਹਨਾਂ ਦੇ ਅੰਦਰ ਇਸ ਇਹਦਾ ਦਰਦ ਤਾਂ ਹੋਣਾ ਵੀ ਸਾਸੀ ਚੱਲੇ ਚੱਲੇ ਇੱਥੋਂ ਹੈ ਨਹੀਂ ਉਹਨਾਂ ਨੇ ਰੋਂਦੇ ਸੀ ਉਹ ਸਾਡੀ ਬੜੀ ਬੜੀ ਭੈਣ ਹੁਣ ਫੌਤ ਹੋਈ ਹੈ ਉਹ ਦੱਸਦੀ ਸੀ ਵੀ ਭਾਈ ਮੈਂ ਆਪਣੀ ਭੈਣ ਤੋਂ 7ਵੀਂ ਜਗ੍ਹਾ ਮੈਂ ਚੁੱਕਾ ਸੀ ਹੁਣ ਸਾਲ ਖੋਇਆ ਹੁਣ ਫੌਤ ਹੋਈ ਉਹ
ਬਸ ਇੰਡੀਆ ਇੰਡੀਆ ਕਰਦੀ ਹੁੰਦੀ ਸੀ। ਸਾਡਾ ਵਾਲਦ ਵੀ ਨਾ ਇੱਕ ਕਿਸਮ ਦਾ ਪਾਗਲ ਹੀ ਹੋ ਗਿਆ ਜੀ, ਅੱਖਾਂ ਤੋਂ ਵੀ ਰਹਿ ਗਿਆ ਸੀ। ਪਿਛਲਾ ਕਾਰੋਬਾਰ ਆਪਣਾ ਦੇਖ ਕੇ ਨਾ, ਯਾਦ ਕਰਕੇ ਨਾ ਫਿਰ ਉਹ ਰੋਂਦਾ ਸੀ, ਰੋਂਦਾ ਸੀ। ਗਿਆ ਨੀ ਕਦੀ ਤੁਹਾਡਾ ਵਾਲਦ ਪਿੱਛੇ? ਨਾ ਨਾ, ਉਹ ਜਦੋਂ ਪਾਕਿਸਤਾਨ ਅੱਖਾਂ ਦਾ ਮਸਾਜ ਹੋ ਗਿਆ ਜੀ, ਅੱਖਾਂ ਦਾ ਨੀਚ ਹੋ ਗਿਆ। ਤੇ ਭੈਣ ਤੁਹਾਡੀ ਉਹ ਵੀ ਨੀ ਕਦੀ? ਨਹੀਂ, ਹੋਰ ਸਾਡੇ ਰਿਸ਼ਤੇਦਾਰ ਬੈਠੇ ਉੱਥੇ। ਤੁਹਾਡੇ ਰਿਸ਼ਤੇਦਾਰ ਕਿੱਥੇ ਕਿੱਥੇ ਬੈਠੇ? ਉਹ ਹਿਆਦਪੁਰ ਬਾੜੇ, ਹਿਆਦਪੁਰ ਬਾੜੇ ਚ ਬੈਠੇ ਆ। ਹਾਂ, ਪਰ ਇਹਨੂੰ ਬੈਠੇ ਆ ਸ਼ਾਹਪੁਰ ਬੇਲਾ। ਸ਼ਾਹਪੁਰ ਬੇਲੇ ਚ ਵੀ ਉਹ ਦਰਿਆ ਦੇ ਨਾਲ ਅੱਗੇ ਆ ਸ਼ਾਹਪੁਰ ਬੇਲਾ, ਇਹ ਬੁੱਢਾ ਦਰਿਆ ਦੇ ਨਾਲ। ਹਾਂ, ਬੁੱਢਾ ਦਰਿਆ ਜੀ ਨੂੰ ਸਤਲੁਜ। ਹਾਂ, ਸਤਲੁਜ ਤੇ ਸਤਲੁਜ ਸਾਡੇ ਕੋਲੋਂ ਟੱਪਦਾ ਹੈ। ਤੇ ਉਹ ਸ਼ਾਹਪੁਰ ਬੇਲੇ ਵਾਲਿਆਂ ਦੇ ਨਾਂ ਕੀ ਹੈ ਜਿਹੜੇ? ਨਾਂ ਨੂੰ ਮਰ ਗਏ, ਉੱਥੇ ਸਾਡਾ ਇੱਕ ਫੁੱਫੜ ਸੀਗਾ, ਉਹਦੇ ਨਾਂ ਸੀਗਾ ਚੂਆ, ਮੈਨੂੰ ਨਾਂ ਨਹੀਂ ਆਉਂਦਾ। ਫੁੱਫੀ ਦਾ ਨਾਂ ਕੀ ਸੀ? ਭੁੱਲ ਗਏ, ਮੈਂ ਦੇਖੀ ਨਹੀਂ ਹੈਗੀ ਅਸੀਂ। ਅੱਛਾ, ਤੁਸੀਂ ਮਾਮੇ ਦੀ ਕੁੜੀ ਆ, ਉਹ ਸ਼ਾਹਪੁਰ ਵਿਆਹੀ ਵੀ, ਉਹ ਸਾਨੂੰ ਮਿਲ ਕੇ ਗਈ ਆ। ਇੱਕ ਮਹੀਨੇ ਦੇ ਵੀਜ਼ੇ ਤੇ ਆਈ ਸੀ, ਉਹਨੇ ਪਿੱਛੇ ਵਾਪਸ ਹੋ ਜਾਣਾ। ਕੀ ਦੱਸਦੀ ਸੀ ਉੱਥੇ ਹਾਲਾਤ ਚੰਗੇ ਉਹਨਾਂ ਨੇ? ਠੀਕ ਆ, ਠੀਕ ਆ, ਕੋਈ ਮਸਲੇ ਮਸਾਇਲ ਤਾਂ? ਕੋਈ ਨੀ, ਕੋਈ ਮੁਸਲਮਾਨਾਂ ਨੂੰ ਕੋਈ ਪਾਬੰਦੀ ਨਹੀਂ ਹੈ? ਕਸ਼ਮੀਰ ਵਿੱਚ ਆ, ਉੱਥੇ ਵੱਡ ਵਡਾਂਗੇ ਹੁੰਦੇ, ਉਹ ਤਾਂ ਤੈਨੂੰ ਵੀ ਪਤਾ। ਤੇ ਪੰਜਾਬ ਦੇ ਵਿੱਚ ਇੱਥੇ ਕੋਈ ਨਹੀਂ? ਕੋਈ ਨਹੀਂ, ਕੋਈ ਨਹੀਂ। ਠੀਕ ਹੈ। ਤੇ ਤੁਹਾਡੇ ਹੁਣ ਵਾਲਦ ਸਾਹਿਬ ਦੇ ਕੋਈ ਜਿਹੜੇ ਮਿਲ ਗਿਣ ਵਾਲੇ ਹਿੰਦੂ ਸੀਗੇ ਜਿਨ੍ਹਾਂ ਨਾਲ ਤਲਕ ਵਾਸਤਾ ਬਹੁਤਾ ਸੀਗਾ, ਉਹਨਾਂ ਦੇ ਨਾਂ ਯਾਦ ਹੈ? ਹਾਂ, ਕੀ ਨਾਂ? ਇੱਕ ਨਾਂ ਸੀ ਨਿਸ਼ਾ ਰਾਮ, ਨਿਸ਼ਾ ਰਾਮ। ਤੇ ਦੂਏ ਦੇ ਨਾਂ ਸੀ, ਉਹਦੇ ਮੁੰਡੇ ਦੇ ਨਾਂ ਸੀ ਨਾਨਕ, ਨਾਨਕ। ਦੂਏ ਦੇ ਨਾਂ ਸੀ ਦਿਆ ਸਿੰਘ, ਦਿਆ ਸਿੰਘ। ਉਹ ਸਾਡੇ ਘਰ ਦੇ ਨਾਲ ਘਰ ਸੀ ਉਹਦਾ। ਅੱਛਾ, ਉਹਨਾਂ ਨੇ ਬੜਾ ਸਾਥ ਕੀਤਾ। ਵਾਹ। ਤੇ ਬਾਕੀ ਸੰਤਾ, ਸੰਤਾ ਉਹਦੇ ਭਰਾ ਨਾਂ ਸੀ ਪ੍ਰਭਾ, ਪ੍ਰਭਾ, ਪ੍ਰਭਾ ਸੀ ਉਹ ਲੱਤ ਲੱਗਦਾ ਸੀ। ਅੱਛਾ, ਕਈ ਘਰ ਸੀ, ਹੁਣ ਭੁੱਲ ਭੱਜ ਗਏ ਇੱਕ, ਕਈਆਂ ਦੇ ਮੈਨੂੰ ਯਾਦ ਹੈ। ਹਾਂ, ਮਾਈਆਂ ਦੇ ਨਾਂ ਯਾਦ ਹੋਣ? ਮਾਈਆਂ ਕਿ ਆਪਣੀ ਉਹ ਬਾਣੀ ਆਪਣੀ ਜ਼ਮੀਨਾਂ ਸੀ ਉਹਨੇ ਲੋਕਾਂ ਦੀਆਂ। ਹਾਂ, ਆਪਣੀ ਦੁਨੀਆਂ ਥੋੜ੍ਹੀ, ਦੁਨੀਆਂ ਥੋੜ੍ਹੀ ਸੀ। ਕਾਰੋਬਾਰ ਹਿੰਦੂਆਂ ਦੇ ਚੰਗੇ ਸੀ? ਹਾਂ, ਉਹ ਬਾਈਆਂ ਆਪਣੇ ਜਾਇਦਾਦਾਂ ਦੇ ਮਾਲਕ। ਹਾਂ ਹਾਂ, ਤੁਹਾਡੇ ਅੱਬਾ ਜੀ ਕੀ ਕੰਮ ਕਰਦੇ ਸੀ? ਸਾਡਾ ਅੱਬਾ ਜੀ ਤਾਂ ਆਪਣੇ ਮਲਕਾਂ ਦਾ ਕੰਮ ਸੀ, ਮਲਕ ਨੇ। ਹਾਂ ਹਾਂ, ਆਪਣੇ ਮਲਕਾਂ ਦਾ ਕੰਮ ਕਰਦੇ ਸੀ। ਠੀਕ ਕਰਦੇ ਸੀ ਸਾਡੇ ਤੋਂ। ਠੀਕ ਆ। ਅਤੇ ਸਕੂਲ ਸੀਗਾ ਤੁਹਾਡੇ ਪਿੰਡ 'ਚ? ਨਾ, ਦੂਸਰੇ ਪਿੰਡ, ਇਹ ਸਾਡਾ ਪਿੰਡ ਆ, ਇਸ ਪਾਸੇ ਵੀ ਸਕੂਲ ਸੀ। ਹਾਂ ਹਾਂ, ਝੱਜਾ ਸੀ ਇਸ ਪਿੰਡ ਦੇ ਨਾਮ, ਝੱਜਾ, 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 ਝੱਜਾ ਦੇਸੀ ਨਾਮ ਦੇ। ਹਾਂ ਹਾਂ, ਇਸ ਸਾਈਡ 'ਤੇ ਵੀ ਹੈਗਾ ਸੀ, ਉਹ ਠਾਣਾ ਸੀ। ਠਾਣਾ ਜਿਹਨਾਂ ਨੂੰ ਠਾਣੀਆਂ ਕਹਿੰਦੇ? ਨਾ ਨਾ, ਇੱਕ ਠਾਣਾ ਹੀ ਨੂੰ ਠਾਣਾ, ਕਿਸੇ ਜ਼ਮਾਨੇ 'ਚ ਉੱਥੇ ਠਾਣਾ ਸੀ। ਅੱਛਾ, ਉਹ ਠਾਣੇ ਵਗਿਆ ਉੱਥੇ ਸਕੂਲ ਪੰਜਵੀਂ ਦਾ, ਅੱਠਵੀਂ ਦਾ ਸਕੂਲ ਸੀਗਾ ਨੂਰਪੁਰ। ਠੀਕ, ਨੂਰਪੁਰ ਤੁਹਾਡੇ ਨੇੜੇ ਸੀ? ਹੈ, 3 ਮੀਲ ਸੀ। ਤੇ ਜਦੋਂ ਉੱਧਰ ਉਜਾੜੇ ਪਏ, ਤੁਹਾਡੀ ਉਮਰ ਕਿੰਨੀ ਸੀ ਉਦੋਂ? ਮੈਨੂੰ ਹੋਸ਼ ਇੰਨੀ ਹੈ ਕਿ 7 ਜਾਂ 8 ਸਾਲ ਦੀ ਉਮਰ ਸੀ। ਇੰਨੀ ਕੁ ਉਮਰ ਹੈ ਹਲਿਆਂ ਦੇ ਵਿੱਚ ਤਾਂ, ਫਿਰ ਤੈਨੂੰ ਪਤਾ ਹੁਣ ਵੀ ਆਏ, ਹੁਣ ਵੀ ਆਏ ਮਾਰ ਬਾਤ, ਫਿਰ ਰੌਲਾ ਉੜਿਆ ਸੀ, ਰੌਲਾ ਉੜਿਆ ਸੀ। ਹਾਂ, ਮੈਂ ਫਿਰ ਇੱਧਰ ਆ ਕੇ ਫਿਰ ਕੈਂਪ ਲੱਗਿਆ ਸਾਡਾ, ਫਿਰ ਪਿੰਡ ਤੁਹਾਡੇ ਆਲਿਆਂ ਨੇ ਜਦੋਂ ਰੌਲਾ ਬਣਿਆ, ਆਲੇ ਦੁਆਲੇ ਖਤਰਾ ਕਿਹੜੇ ਪਿੰਡਾਂ ਤੋਂ ਸੀ ਬਹੁਤਾ? ਕਿਤੇ ਹਮਲਾ ਹੋਇਆ ਸੀ? ਹਮਲਾ ਬੜੀ ਜਗ੍ਹਾ ਹੋਇਆ, ਸਾਡੇ ਕਈ ਬੰਦੇ ਸ਼ਹੀਦ ਹੋ ਗਏ, ਸਾਡੇ ਰਿਸ਼ਤੇਦਾਰ। ਕਿਹੜੇ ਪਿੰਡਾਂ 'ਚ? ਇੱਕ ਉਹ ਹਿਆਦਪੁਰ ਬਾੜੇ, ਹਿਆਦਪੁਰ ਬਾੜੇ, ਉੱਥੇ ਕਤਲ ਹੋਏ ਸਾਡੇ ਰਿਸ਼ਤੇਦਾਰ। ਅੱਛਾ, ਇੱਕ ਤਖਤਗੜ੍ਹ ਸੀ, ਤਖਤਗੜ੍ਹ 'ਚ ਵੀ ਕਹਿੰਦੇ ਹੋਏ, ਉੱਥੇ ਵੀ ਹੋਏ। ਫਿਰ ਧਮਾਣੇ ਖਟਾਣੇ, ਧਮਾਣੇ ਖਟਾਣੇ ਉੱਥੇ ਹੋਏ, ਉੱਥੇ ਤਾਂ ਜੰਗ ਹੋਇਆ ਨਾ, ਜੰਗ ਹੋਇਆ ਦੱਸਦੇ, ਬਹੁਤ ਕਾਫਲਾ ਵੀ ਕੱਢਿਆ ਗਿਆ। ਸਾਡਾ ਇੱਕ ਮੇਰੇ ਨਿਆਣੇ ਦੇ ਨਾਨੇ ਦਾ ਉਹ ਚਾਚਾ ਫੌਜ ਹੋਇਆ, ਉਮਰ ਬਖਸ਼ੀ, ਡਟ ਕੇ ਲੜਾਈ ਹੋਈ, 5-7 ਦਾ ਮੁਸਲਮਾਨ ਸੀ, ਮਤਲਬ ਹਿੰਦੂ ਬਹੁਤ ਕਤਲ ਹੋਏ ਸੀ ਉੱਥੇ, ਹਿੰਦੂ ਕਤਲ ਹੋਏ, ਹਿੰਦੂ ਜ਼ਿਆਦਾ ਕਤਲ ਹੋਏ। ਫਿਰ ਨਾ ਨਮਾਜ਼ ਦਾ ਟਾਈਮ ਹੋ ਗਿਆ, ਉੱਥੇ ਪੇਸ਼ੀ ਦੀ ਅਜ਼ਾਨ ਹੋ ਗਈ, ਅੱਲਾਹੁ ਅਕਬਰ। ਅੱਛਾ, ਅਤੇ ਉੱਥੇ ਫਿਰ ਨਾ ਉਹ ਵਾਜ, 2-4 ਬੰਦੇ ਪਹਿਲੇ ਤੇ ਖੜ ਗਏ, ਉਹਨਾਂ ਦੀ ਵਾਜ ਆਉਂਦੀ ਹੈ, ਬਸ ਫਿਰ ਉਹ ਉੱਥੇ ਹੀ ਹੈ,
ਇੰਡੀਆ ਚ ਉਹਦਾ ਇੱਕ ਮੇਰਾ ਜਾਣਨ ਵਾਲਾ ਦੋਸਤ ਹੈ ਮੇਰਾ ਸਾਹਿਲ ਧਾਮੀ, ਉਹਨੇ ਉਹਦੇ ਕੋਲੋਂ ਗੱਲਾਂ ਬਾਤਾਂ ਪੁੱਛੀਆਂ, ਉਹ ਮੈਂ ਮਤਲਬ ਸੁਣੀਆਂ ਦੇਖੀਆਂ। ਅੱਛਾ, ਤੁਹਾਡੇ ਪਿੰਡ ਚ ਮਨ ਮਾ ਪਿਆ? ਹਾਂ, ਸਾਡੇ ਪਿੰਡ ਹੀ, ਸਾਡੇ ਨੇ ਕਿਸੇ ਨਾਲ ਵਾਧਾ ਨਹੀਂ ਕੀਤਾ। ਹਲਾ ਪਿਆ ਹੈਗਾ ਸੀ ਬਾਹਰ ਦੇ, ਉੱਦਣ ਹੈਗੀ ਸੀ ਈ ਸੀ। ਅੱਛਾ, ਆਪਣੀ ਮਿੱਠੀ। ਅੱਛਾ, ਸਾਡੇ ਵਾਲਦ ਨਮਾਜ਼ ਪੜ੍ਹ ਗਏ ਦੂਏ ਪਿੰਡ ਮਸਜਿਦ ਚ। ਅੱਛਾ, ਉੱਥੋਂ ਹੱਲਾ ਪੈ ਗਿਆ ਸਾਡੇ ਘਰ, ਉਹ ਸਿੱਖ ਆ ਕੇ ਬਹਿ ਗਏ ਬਾਹਰ ਦੇ ਬੰਦੇ। ਅੱਛਾ, ਆਪਣੇ ਪਿੰਡ ਦੇ ਨੇ, ਉਹਨਾਂ ਨੇ ਫਿਰ ਸਾਡੇ ਘਰ ਨੂੰ ਘੇਰਾ ਪਾਇਆ। ਮੇਰੇ ਵਾਲਦ ਸੀ ਤਾਂ ਬੜਾ ਜਵਾਨ ਸੀ, ਦਲੇਰ ਬੜਾ ਸੀ ਉਹਨੇ ਨਾ ਸਾਡੇ ਬੂਹੇ ਗਲੀ ਦੇ ਵਿੱਚ ਆ ਗਏ। ਅੱਛਾ, ਬਸ ਉਹਨਾਂ ਨੇ ਫਿਰ ਉਸ ਵਕਤ ਨਾ ਮੇਰੇ ਪਿਓ ਪਰ ਹਮਲਾ ਕੀਤਾ ਉਹਨੇ। ਅੱਛਾ, ਤਲਵਾਰ ਮੇਰੇ ਬਾਪ ਦੇ ਕੋਲ ਸੀ, ਮੇਰਾ ਭਰਾ ਸੀ ਵੱਡਾ ਬੜਾ ਹੁਕਮਦੀਨ ਸੀ ਉਹਦੇ ਨਾਲ। ਅੱਛਾ, ਉਹਦੇ ਕੋਲ ਬਖਸ਼ਿਸ਼ ਹੋਈ, ਉਹਨੂੰ ਕਹਿਣ ਲੱਗਾ ਵੀ ਭਾਈ ਪੁੱਤਰ ਤੂੰ ਹੋਊਗਾ, ਸਾਨੂੰ ਨਾ ਛੱਡਣਾ ਹੈ ਨੀ, ਪੰਜਾਂ ਦਸਾਂ ਬੰਦਿਆਂ ਨੂੰ ਮੈਂ ਲੈ ਬੈਠਣਾ, ਮੇਰੇ ਪਿੱਛੋਂ ਵਾਰ ਨਾ ਕਰ ਦੇਵੇ। ਮੈਂ ਗਲੀ 'ਚ ਗਿਆ, ਤਲਵਾਰ ਤੋਂ ਮਿਆਨ ਜੋ ਖਿੱਚਿਆ ਨਾ, ਮੈਂ ਅਲੀ ਦਾ ਨਾਰਾ ਮਾਰਿਆ, ਯਾ ਅਲੀ ਤੇਰੀ ਮਦਦ ਆ। ਬਸ ਘੁੰਮ ਗਿਆ ਤਲਵਾਰ ਦੀ ਤਰ੍ਹਾਂ, ਅਲੀ ਪਾ ਕੇ ਆਪ ਸਰਕਾਰ ਹਾਜ਼ਰ ਹੋ ਗਈ ਉਸ ਵਕਤ। ਉਹ 20-40 ਕਦਮਾਂ ਦੂਰ ਭਾਜੀ, 100 ਸਿੱਖ ਦੂਰ ਹੋ ਗਿਆ। ਇੰਨਾ ਉਹ ਬੰਦਾ ਇੰਨਾ ਬਈ, ਅੱਲਾ ਨੇ ਉਹਨੂੰ ਦਲੇਰੀ ਦਿੱਤੀ। ਇਹੋ ਜਿਹੜਾ ਸ਼ਹਿਰ ਰਹਿੰਦਾ ਸੀ ਹੁਕਮ ਦੇ? ਨਹੀਂ ਨਹੀਂ, ਉਹ ਨਹੀਂ। ਅੱਛਾ ਅੱਛਾ, ਮੇਰੇ ਭਰਾ ਨੇ, ਉਹ ਹੁਕਮ ਦੀ ਸਾਡਾ ਰਿਸ਼ਤੇਦਾਰ ਹੈ ਬੜੇ ਨਾਮੀ ਗਨਾਮੀ ਬੰਦੇ ਸੀ ਸਿੱਖ ਸੀ ਸਾਡੇ ਬਾਦ, ਸੰਤਾ ਚੰਗੇ ਤਕੜੇ ਜਵਾਨ ਸੀ। ਉਹ ਫਿਰ ਅੱਗੇ 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 ਸਾਡੇ ਬਾਦ ਦੇ ਪਿੱਛੇ ਹੋ ਗਏ। ਉਹਨੇ ਕਿਹਾ ਪਿੱਛੇ ਹੋ ਜਾ, ਤੂੰ ਪਿੱਛੇ ਹੋ ਜਾ, ਹੁਣ ਅਸੀਂ ਨਿਬੜਦੇ ਹਾਂ। ਅਜੇ ਨਿਬੜਦੇ ਬਾਬੂ, ਬਾਸ਼ੀਆਂ ਦਾ ਅੱਗੇ ਆ ਗਏ, ਉਹਨਾਂ ਦੇ ਸਾਹਮਣੇ ਖੜ ਗਿਆ ਕੇ ਭੈਣ ਜਦੋਂ ਅਗਰ ਬੱਚੇ ਜੰਮੇ ਪਲੇ ਹੱਥਾਂ 'ਚ ਬੱਚੀਆਂ ਆਪ ਚੁੱਕੇ, ਅੱਜ ਤੁਸੀਂ ਬਾਹਰੋਂ ਆ ਕੇ ਦੁਸ਼ਮਣ ਬਣ ਗਏ, ਨਿਕਲ ਜਾ ਸਾਡੇ ਪਿੰਡ ਤੋਂ ਬਾਹਰ। ਉਹ ਨਹੀਂ ਪੁਜਾਏ ਉਹ ਦਿਆ ਤੇ ਸੰਤਾ ਨੇ। ਹਾਂ, ਸ਼ਾਬਾਸ਼ ਵੀ ਦਿਆ ਉਹਨਾਂ ਨੇ ਪਹਿਲਾਂ, ਜੇ ਉਹਨਾਂ ਦੇ ਬੱਚੇ ਕੋ ਸੁਣਦੇ ਪਏ। ਅੱਛਾ, ਫਿਰ ਇਹ ਦੱਸੋ ਵੀ ਉੱਥੋਂ ਫਿਰ ਤੁਸੀਂ ਬਚ ਕੇ ਤੁਸੀਂ ਉੱਥੋਂ ਉੱਠੇ ਕਦੋਂ? ਫਿਰ ਉੱਥੇ ਅਸੀਂ ਨਾ ਉੱਠੇ ਭੱਦੀ ਕੈਂਪ ਲੱਗ ਗਿਆ ਸਾਡਾ। ਅੱਛਾ, ਦੁਆਬੇ ਸਾਡ ਤੋਂ 5 ਮੀਲ ਇਸ ਪਾਸੇ ਨੂੰ ਭੱਦੀ ਆ। ਅੱਛਾ, ਉਹ ਰਜਪੂਤਾਂ ਦਾ ਪਿੰਡ ਸੀ, ਮੁਸਲਮਾਨ ਰਜਪੂਤਾਂ, ਮੁਸਲਮਾਨ ਦੇ 500 ਬੰਦਾ ਫੌਜੀ ਸੀ, ਫੌਜੀ ਫੌਜੀ ਹੋਏ ਸਾਰੇ, ਮਹਿੰਦੀਪੁਰ ਤੇ ਫੌਜੀ, ਇਹ ਸਭ ਫੌਜੀ ਸੀਗੇ। ਅੱਛਾ, ਉਹਨਾਂ ਨੇ ਨਾ ਫਿਰ ਆਪਣੇ ਘਰ ਵਿਹਲੇ ਕਰਕੇ ਨਾ 5-5, 7-7 ਟੱਬਰ ਉਹਨਾਂ ਘਰਾਂ 'ਚ, ਆਪ 5-7 ਘਰਾਂ ਦਾ ਪੜ੍ਹਦੇ ਗੱਦਾਰ ਲੋਕ ਸੀ, ਆਪ ਉੱਥੇ ਵੜ ਜਾਣਾ ਉਹਨੇ। ਆਇਆ ਨੂੰ ਰੋਟੀ ਵੀ 2 ਦਿਨ ਦੇਣੀ ਉਹਨਾਂ ਨੇ ਉੱਥੇ, ਕੰਮ ਤੋਂ ਕੰਮ 3 ਮੀਲ ਦੇ ਵਿੱਚ ਸਾਡਾ ਕੈਂਪ ਸੀਟ ਹੋਇਆ ਭੱਦੀ 'ਚ। ਹਾਂ, ਵਾਹ ਵਾਹ। ਫਿਰ ਉੱਥੋਂ ਫਿਰ ਨਾ ਮਹੀਨੇ ਪਿੱਛੋਂ ਤੁਰਿਆ ਸੀ ਤੁਸੀਂ ਫਿਰ ਉੱਥੋਂ, ਉੱਥੋਂ ਫਿਰ ਉਦੋਂ ਮਰੱਟੇ ਵੀ ਆ ਰਹੇ ਸੀ ਨਾ, ਬਰਤਾਨੀ ਦੀ ਫੌਜ ਵੀ ਲੜੀ ਹੋਈ। ਅੱਛਾ, ਭੱਦੀ ਜਿਵੇਂ ਤੁਹਾਡੇ ਪਿੰਡ ਆਏ, ਫਿਰ ਆ ਗਏ ਪਿੱਛੇ, ਫਿਰ ਆ ਗਏ ਸਾਡੇ ਪਿੱਛੇ। ਉਹ ਜਿਹੜੇ ਬੰਦੇ ਪਿੱਛੇ ਆਏ, ਉਹਨਾਂ ਦਾ ਨਾਂ ਯਾਦ ਹੈ? ਨਹੀਂ ਨਹੀਂ ਯਾਦ। ਕੋਈ ਮੋਤਬਰ ਬੰਦਿਆਂ ਦੇ ਜਾਂ ਦਿਆ ਜਾਂ ਮਾਰਦਾ ਹੀ? ਹਾਂ, ਉਸ ਵੇਲੇ ਨਹੀਂ। ਨੰਬਰਦਾਰ ਕੌਣ ਸੀ ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ ਲੰਬੜਦਾਰ ਸੀ, ਹਾਕੋ ਲੰਬੜਦਾਰ, ਉਹ ਮਰ ਗਿਆ ਸੀ। ਹਾਂ ਹਾਂ, ਉਹਦਾ ਪੁੱਤਰ ਸੀਗਾ, ਉਹਦੇ ਨਾਂ ਸੀ ਅੰਬਰ ਸਿੰਘ। ਅੰਬਰ ਸਿੰਘ, ਅੰਬਰ ਸਿੰਘ ਲੰਬੜਦਾਰ ਸੀ। ਅੱਛਾ ਅੱਛਾ, ਸਾਡੇ ਘਰ ਦੇ ਨਾਲ ਐਵੇਂ ਉਹਨਾਂ ਦਾ ਘਰ ਸੀ। ਹਮਲਾ ਕਰ ਦੇਣਾ, ਫਿਰ ਅਸੀਂ ਤਾਂ ਮਾਰੇ ਗਏ, ਕੋਈ ਆ ਕੇ ਹਮਲਾ ਕਰ ਦੇਵੇ, ਬਾਹਰੋਂ ਸੁੱਤਿਆਂ ਪਿਆਂ ਨੂੰ ਮਾਰ ਜਾਵੇ ਤੇ ਸਾਡਾ ਤਾਂ ਫਿਰ ਨਾਮ ਖਰਾਬ ਹੋਣਾ। ਚੌਲ ਵੀ ਇੰਨੇ ਲੰਬੇ ਹੁੰਦੇ, ਉਬਾਲ ਕੇ ਫਿਰ ਉੱਤੇ ਉਹਨਾਂ ਨੇ ਸ਼ੱਕਰ ਪਾਣੀ, ਸੈਣਕ ਵੀ ਦਿੰਦੇ, ਸੈਣਕ ਹੁੰਦੀ ਸੀ।
ਉਹ ਪਾ ਕੇ ਉੱਤੇ ਬਹਿਣਾ ਉਹਨਾਂ ਨੂੰ ਐਵੇਂ ਬੜਾ ਜਿਹੜੇ ਵਿੱਚ ਉਹ ਗੜਵੇ ਨਾ ਪਾ ਦੇ ਗੜਵੇ ਆ ਕੇ ਕਿਹ ਬੜਾ ਸੀ ਜੇ ਸੀ ਪੰਜ ਪੰਜ ਸੱਤ ਸੱਤ ਮੱਝਾਂ ਹੁੰਦੀਆਂ ਰਾਤ ਰਹਿਣਾ ਉੱਠ ਉਹਨਾਂ ਨੇ ਸ਼ਾਮ ਨੂੰ ਗਰਮੀਆਂ ਨੂੰ ਪਾਣੀ ਪਿਲਾਉਣਾ ਮਿੱਠਾ ਗੁੜ ਛੋੜ ਵਾਲਾ ਉਹਦੇ ਕੋਲ ਸ਼ੱਕਰ ਚੱਲਦੀ ਤੇ ਉਹਦੇ ਬਾਅਦ ਫਿਰ ਉਹ ਰਾਤ ਨੂੰ ਸਵੇਰ ਨੂੰ ਫਿਰ ਉਹੀ ਰੋਟੀ ਫਿਰ ਦਾਲ ਮਿੱਠਾ ਡੰਗਾ ਕਰ ਲੈਂਦੇ ਸੀ ਮੈਨੂੰ ਨੀ ਪਤਾ ਸਿੱਠਣੀ ਯਾਰ ਹੋਵੇ ਸਿੱਠਣੀਆਂ ਵਾਲਾ ਸੀ ਭੁੱਲ ਪਾ ਦਿੰਦਾ ਕੰਮ ਹੈ ਉਹ ਤੇ ਬੜੇ ਬੜੀਆਂ ਕਹਿੰਦੇ ਗੱਲਾਂ ਕਰ ਜਾਂਦੀਆਂ ਖਾਣਾ ਖਾ ਨੀ ਸਕਦੇ ਛਡਾਣੀ ਕਿੱਦਾਂ ਹੁੰਦੀ ਸੀ ਛਡਾਣੀ ਕਿਹਾ ਬਈ ਉਹਨਾਂ ਦੇ ਜਵਾਬ ਦਾ ਸਵਾਲ ਦੇ ਦੇਣਾ ਸਵਾਲ ਦਾ ਜਵਾਬ ਮਿਲੂਗਾ ਹਾਂ ਤੇ ਰੋਟੀ ਮਿਲੂਗੀ ਫਿਰ ਰੋਟੀ ਨਹੀਂ ਰੋਟੀ ਮੋਹਰੇ ਹੁੰਦੀ ਖਾਣੀ ਨੀ ਖਾਣੀ ਜਵਾਬ ਦਿੰਦਾ ਸੀ ਇੱਥੇ ਸਾਡੇ ਬਾਦ ਨੂੰ ਘੰਟਾ ਜਨ ਬਾਹਰ ਰੱਖਣੀ ਉਹਨੇ ਅੱਛਾ ਉਹ ਬੰਦਾ ਵੀ ਗੀਤਾਂ ਚ ਸਿੱਠਣੀਆਂ ਸ਼ਾਮਲ ਹੁੰਦਾ ਕਈ ਬੰਦੇ ਵੀ ਬੜੇ ਕਾਂਡੇ ਹੁੰਦੇ ਬੜਾ ਕਾਂਡਾ ਬੁੜਾ ਇੱਥੇ ਬੜੇ ਛੇ ਚੱਕ ਚ ਤੇ ਉਹਨੇ ਜੰਜ ਬੰਨ ਲੈਣੀ ਜੰਜ ਬੰਨ ਲੈਣੀ ਤੇ ਕਹਿਣਾ ਵੀ ਇਹਦਾ ਜਵਾਬ ਦਿਓ ਜਾਂ ਉਸੇ ਵੇਲੇ ਸ਼ੇਰ ਚ ਗੱਲ ਬਣਾ ਕੇ ਦੇਣੀ ਪੈਂਦੀ ਸੀ ਹਨਾ ਬਸ ਪੱਕੀ ਪਹਿਲੀ ਤੇ ਸੀਗਾ ਦੂਸਰੀ ਹੋ ਗਿਆ ਕਿਤੇ ਮਾਸਟਰ ਦਾ ਨਾਮ ਯਾਦ ਹਾਂ ਕੀ ਨਾਮ ਸੀ ਮੇਰੇ ਮਾਸਟਰ ਦਾ ਨਾਮ ਕਪੂਰ ਕੋਈ ਹਿੰਦੂ ਮਾਸਟਰ ਹਿੰਦੂ ਮਾਸਟਰ ਦਾ ਨਾਮ ਸੀ ਭਗਤ ਰਾਮ ਭਗਤ ਰਾਮ ਕਿਹੜੇ ਪਿੰਡ ਦਾ ਉਹ ਸੀ ਪਚਰੰਡਿਆਂ ਦਾ ਪਚਰੰਡਿਆਂ ਦਾ ਪਚਰੰਡੇ ਸਾਡੇ ਪਿੰਡ ਪਚਰੰਡੇ ਹਾਂਜੀ ਚੰਗਾ ਸੀ ਬੜਾ ਚੰਗਾ ਬੰਦਾ ਸੀ ਮਰ ਗਿਆ ਹੋ ਕਿਸੇ ਦੇ ਨਾਲ ਫਰਕ ਤਾਂ ਨਹੀਂ ਸੀ ਕਰਦਾ ਮੁਸਲਮਾਨ ਨਾ 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 ਮੈਨੂੰ ਘਰੋਂ ਲੈ ਜਾਣਾ ਉਹਨੇ ਅੱਛਾ ਤੇ ਸਾਡੇ ਵਾਲੇ ਦਾ ਯਾਰ ਸੀ ਅੱਛਾ ਹਲੇ ਵੀ ਮਾਸਟਰ ਮੀਆਂ ਵਾਲੀ ਕਪੂਰ ਆਉਂਦੇ ਨੇ ਚੌਵੀ ਚੱਕ ਚ ਉਹ ਜਿੰਦਾ ਹਾਂ ਜਿਹੜਾ ਉੱਥੇ ਪੜ੍ਹਾਉਂਦਾ ਸੀ ਹਾਂ ਹੈਗਾ ਉਹਨੇ ਨਾ ਉੱਥੇ ਸਾਡੇ ਰਿਸ਼ਤੇਦਾਰ ਬੈਠੇ ਚੌਵੀ ਚੱਕ ਚੰਗਾ ਮਾਸਟਰ ਲੱਗਿਆ ਉਹ ਮੈਨੂੰ ਸਲਾਮ ਆਈ ਵੀ ਕਈ ਵਾਰੀ ਮੈਂ ਉਹਨੂੰ ਮਿਲ ਕੇ ਵੀ ਆਇਆ ਉੱਥੇ ਵੀ ਮਾਸਟਰ ਸੀ ਉੱਥੇ ਵੀ ਮਾਸਟਰ ਸੀਗਾ ਉਹਨੂੰ ਵੀ ਮਿਲਣਾ ਜਦੋਂ ਕਿਤੇ ਆਇਆ ਤੁਸੀਂ ਸਾਨੂੰ ਦੱਸਣਾ ਉਹ ਨਹੀਂ ਆਇਆ ਫਿਰ ਬਾਅਦ ਦੇ ਵਿੱਚ ਉਹ ਦੁਆ ਹੋ ਗਿਆ ਜਿਹੜੇ ਚਿੱਠੀ ਸਹਿਣ ਨਹੀਂ ਹੁੰਦੇ ਹਾਂ ਹਾਂ ਇਹਦੇ ਹੋ ਗਿਆ ਸੀ ਤੇ ਜਿਹੜੇ ਨਾਲ ਕੋਈ ਮੁੰਡੇ ਪੜ੍ਹਦੇ ਸੀ ਉਹਨਾਂ ਦੇ ਨਾਂ ਯਾਦ ਹੈ ਹਿੰਦੂਆਂ ਦਾ ਹਾਂ ਇੰਨਾ ਨਹੀਂ ਪਤਾ ਕਿਸੇ ਦਾ ਨਾਂ ਚੇਤਾ ਆ ਜਾਵੇ ਬਸ ਇੱਕ ਦੇ ਨਾਂ ਸੀ ਮੈਨੂੰ ਚੇਤਾ ਗਰਨੈਲ ਸੀ ਉਹ ਦਿਆ ਸਿੰਘ ਦਾ ਮੁੰਡਾ ਸੀ ਦਿਆ ਸਿੰਘ ਦਾ ਮੁੰਡਾ ਕੀ ਨਾਂ ਸੀ ਉਹਦਾ ਗਰਨੈਲ 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 ਮਨੀਟਰ ਕੌਣ ਸੀ ਪੰਜਾਬ ਜਿਹੜਾ ਮੋਰੀ ਹੁੰਦੇ ਮਾਸਟਰ ਚੰਗੇ ਸੋਟੀ ਚੰਗੀ ਪਾਉਂਦੇ ਸੀ ਕਿ ਇੱਦਾਂ ਹੀ ਸੀ ਵਾਦੇ ਵੀ ਸਾਡੇ ਮੈਂ ਵਾਦੇ ਸੀ ਅਜੇ ਮੇਰੇ ਵੀ ਬਾਈ ਕੀ ਹੈ ਠੀਕ ਆ ਉਹ ਜੀ ਫਿਰ ਕੋਟ ਦਾ ਪੈਂਦੀ ਸੀ ਹੈ ਕੋਟ ਮੈਂ ਪੜਦਾ ਸੀ ਉਹ ਜੋ ਮੈਂ ਤਾਂ ਦੱਸਾਂ ਬੱਚੂ ਜਿਹੜਾ ਉਹ ਜਿਹੜਾ ਮਾਸਟਰ ਸੀਗਾ ਨਾ ਹਾਂ ਗਫੂਰ ਹਾਂ ਆਠਵੀਂ ਮਾਤਾ ਸੀ ਪੜਿਆ ਵਾ ਅੱਛਾ ਹੈਡ ਮਾਸਟਰ ਸੀ ਸਕੂਲ ਦਾ ਸਕੂਲ ਦਾ ਹੈਡ ਮਾਸਟਰ ਸੀ ਮਤਲਬ ਉਹ ਤੋਂ ਪੜ੍ਹਾਈ ਦਾ ਪਤਾ ਹੁੰਦਾ ਸੀ ਨਹੀਂ ਪਤਾ ਨਹੀਂ ਜਿਹੜਾ ਚਾਰ ਪੜ੍ਹ ਜਾਂਦਾ ਸੀ ਨਾ ਉਹ ਲੈਕ ਪੈਕ ਬੰਦਾ ਸਾਡੇ ਇੱਥੇ
ਜਿਹਦਾ ਯਾਰ ਦੂਆ ਆ ਹੈ ਨਹੀਂ ਸੀ ਉਹ ਦੂਆ ਅਠਲ ਨਹੀਂ ਉਹ ਲਾਈ ਦਾ ਭਾਈ ਨਹੀਂ ਜਿਹੜਾ ਉੱਥੇ ਤੁਹਾਡੇ ਪਿੰਡ ਦੇ ਬੰਦਿਆਂ ਚੋਂ ਵੀ ਕੋਈ ਮਾਸਟਰ ਲੱਗਾ ਸੀ ਕਿਤੇ ਤੁਹਾਡੇ ਬੰਦਿਆਂ ਚੋਂ ਪੜ੍ਹਿਆ ਲਿਖਿਆ ਕੋਈ ਹੋਵੇ ਚੰਗਾ ਲੋਕ ਘੱਟ ਪੜ੍ਹਾਈਆਂ ਸੀ ਘੱਟ ਪੜ੍ਹਾਈਆਂ ਸੀ ਸਾਡਾ ਭਰਾ ਸੀ ਬੜਾ ਰਹਿਮਤ ਸੀ ਇੱਥੇ ਫੌਤ ਹੋਇਆ ਉਹ ਸਾਰਾ ਪਿੰਡ ਚਿੱਠੀਆਂ ਪੜ੍ਹਾਉਣ ਲੱਗ ਜਾਂਦਾ ਸੀ ਉਸਕੋ ਪੜ੍ਹਾਉਂਦਾ ਸੀ ਫੌਜੀ ਹੈਗੇ ਸੀ ਤੁਹਾਡੇ ਕੋਲ ਪਿੰਡ ਦੇ ਅਸੀਂ ਰਾਤ ਰਹੇ ਰਾਹੋਂ ਰਾਹੋਂ ਚੌਧਰੀ ਅਬਦੁਲ ਰਹਿਮਾਨ ਦਾ ਇਲਾਕਾ ਚੌਧਰੀ ਅਬਦੁਲ ਰਹਿਮਾਨ ਉਹਨੂੰ ਆਪਣੇ ਰਕਬੇ ਦਾ ਨਹੀਂ ਪਤਾ ਇੰਨਾ ਇੰਨਾ ਤਕੜਾ ਮਾਲਕ ਉਹਦੇ ਬਿਜਲੀ ਸੀ ਲੱਗੀ ਹੋਈ ਲਾਹੌਰ ਦੇ ਉਹਦੇ ਬਿਜਲੀ ਸੀ ਬਹੁਤ ਅੱਛਾ ਇੰਨਾ ਬੜਾ ਗਰੀਬ ਬੰਦਾ ਉੱਥੇ ਰਾਤ ਰਹੇ ਉੱਥੋਂ ਫਿਰ ਤੁਰੇ ਅਸੀਂ ਫਿਰ ਤੁਰਕਾਂ ਨਾਲ ਜੋ ਫੌਜੀ ਸੀਗੇ ਭਾਈ ਉਹਨਾਂ ਨੂੰ ਬੂਟਾਂ ਕੋਲ ਵੀ ਅਸਲਾ ਹੈਗਾ ਸੀ ਨਾ ਇੱਕ ਤਾਂ ਜਿਹੜਾ ਬੜਾ ਬੜਾ ਸੀ ਨਾ ਉਹਨਾਂ ਦਾ ਇੱਕ ਅੰਗਰੇਜ਼ ਦੇ ਜ਼ਮਾਨੇ ਜ਼ਿਆਦਾ ਸੀਗਾ ਅੱਛਾ ਉਹ ਪਤੀ ਦਾ ਜਪੂਰ ਜਿਹੜਾ ਅੱਛਾ ਆਰੇ ਖਾਂ ਜੀ ਇੱਥੇ ਗੜ ਮੁੜ ਬੈਠੇ ਸੀ ਕੀ ਨਾਂ ਸੀ ਉਹਦਾ ਆਰੇ ਖਾਂ ਆਰੇ ਖਾਂ ਇਹ ਪਤੀ ਅੱਡੇ ਨਹੀਂ ਅਗਰ ਜਪੂਰਾਂ ਦੇ ਕਿਤੇ ਗਿਆ ਹੀ ਹੋਣਾ ਤੂੰ ਜਿਹੜੇ ਟਰੱਕਾਂ ਦੇ ਅੱਗੇ ਹਾਂ ਗੜ ਮੋੜ ਹਾਂ ਹਾਂ ਉਹਨਾਂ ਦੇ ਹੀ ਅੱਛਾ ਅੱਛਾ ਪਤੀ ਦਾ ਜਪੂਰਾਂ ਦਾ ਬਹੁਤ ਤੁਰੇ ਅੱਛਾ ਵਿਆਹ ਫਿਰ ਹੱਲਾ ਪੈ ਗਿਆ ਹਿੰਦੂ ਦੇ ਸਿੱਖ ਸਿੱਖ ਇਕੱਠਾ ਹੋ ਗਿਆ ਅੱਛਾ ਫਿਰ ਉੱਥੋਂ ਨਾ ਇਹ ਦੇਖ ਲਿਆ ਵੀ 15 ਮਿੰਟ ਬਾਅਦ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੁਸੀਂ ਸੜਕ ਪੱਕੀ ਸੜਕ ਸੀ ਲੈ ਕੇ ਇਸ ਪਾਸਾ ਹੋ ਜਾਓ ਅੱਛਾ ਮਾਈਆਂ ਬਹਿ ਜਾਓ ਬੰਦੇ ਖਬਰਦਾਰ ਹੋ ਜਾਓ ਫੌਜੀ ਦੇ ਨਾ ਬਸ ਉਹ ਫਿਰ ਇੱਧਰ ਸਿੱਖ ਹਜ਼ਾਰਾਂ ਦੀ ਤਦਾਦ ਸੀਗਾ ਅੱਛਾ ਮੈਂ ਇੱਦਾਂ ਇੱਕ ਝੂਟਾ ਲਾਇਆ ਨਾ ਉਹਨੂੰ ਇੱਦਾਂ ਉਹਨਾਂ ਜਪੂਰ ਨਾਲ ਇੱਕ ਦੋ ਟੈਂਕ ਆ ਗਿਆ ਫਿਰ ਫੌਜ ਆ ਗਈ ਮਗਰ ਡਿੱਬਾ ਤੋਂ ਬੰਦ ਕਰ ਲਈਆਂ ਹੋ ਗਈਆਂ ਉਹ ਫਿਰ ਆਲੇ ਦੁਆਲੇ ਕਿਤੇ ਪਹਿਲੇ ਹੋਣੇ ਆ ਨਾ ਕੌਣ ਵੀ ਜਿਹੜੇ ਫੌਜ ਤੇ ਟੈਂਕ ਆ ਗਏ ਨਾ ਨਾ ਹਾਂ ਉਹ ਜਲੰਧਰ ਸੀ ਲੱਗਿਆ ਵਾ ਟੈਂਕ ਲੱਗਿਆ ਅੱਛਾ ਅੱਛਾ ਜੀ ਮੁਸਲਮਾਨ ਉੱਥੋਂ ਆ ਗਏ ਉੱਥੋਂ ਫਿਰ ਉਹ ਜੀ ਬਹਿ ਰਹੇ ਤੇ ਵੀ ਆਏ ਫਿਰ ਆਏ ਵੀ ਫੈਰ ਕੀਤੇ ਫਿਰ ਅੱਛਾ ਵਾ ਫਿਰ ਉਹ ਭੱਜ ਗਏ ਸਿੱਖ ਫਿਰ ਨਾਲ ਆਏ ਰਾਤੋਂ ਰਾਤ ਹਾਂ ਉੱਥੋਂ ਤੋੜਿਆ ਫਿਰ ਫਲੌਰ ਆ ਕੇ ਸਾਡਾ ਕੈਂਪ ਲੱਗਿਆ ਅੱਛਾ ਮੈਨੂੰ ਸ਼ੱਕ ਹੈ ਫਲੌਰ ਜਲੰਧਰ ਦੇ ਜ਼ਿਲ੍ਹੇ ਦੇ ਉਹ ਹਾਂ ਜੀ ਲਾਹੌਰ ਨੇੜੇ ਹੀ ਆ ਫਲੌਰ ਜਲੰਧਰ 'ਚ ਹਾਂ ਜਲੰਧਰ ਦੇ ਉੱਥੇ ਰਿਹਾ ਵੀ 20 ਦਿਨ ਸਾਡਾ ਕੈਂਪ ਲੱਗਿਆ ਵਾ ਅੱਛਾ ਫਿਰ ਸਾਡੇ ਪੰਜਾਬ 'ਚ ਸਾਡੇ ਕੈਂਪ ਨੂੰ ਮਿਸਾਲ ਹੈ ਪਹਿਲੇ ਗੱਡੀ ਲੱਗੀ ਸੀ ਅੱਛਾ ਮੈਂ ਭਾਈ ਇੱਧਰੋਂ ਗੱਡੀ ਜਾਣੀ ਸੀ ਉੱਧਰੋਂ ਫਿਰ ਆਉਣੀ ਸੀਗੀ ਹਾਂ ਮੁਸਲਮਾਨਾਂ ਨੇ ਭਾਈ ਸਾਡੀ ਗੱਡੀ ਪਹਿਲੇ ਲੱਦ ਕੇ ਚਲੀ ਗਈ ਦੋ ਇੰਜਣ ਸੀ ਉਹਨੇ ਲੱਗੇ ਹਾਂ ਫਿਰ ਉਹ ਇੱਧਰ ਆ ਗਏ ਨਾ ਆਪਣਾ ਉਹ ਗੱਡੀ ਪਿੱਛੇ ਮੋੜ ਦਿੱਤੀ ਸਾਡੀ ਗੱਡੀ ਪਿੱਛੇ ਮੋੜ ਤੁਹਾਡੀ ਪਿੱਛੇ ਮੋੜ ਗਈ ਆਪ ਉਹ ਇੱਧਰ ਨੂੰ ਜਾਣੀ ਸੀ ਨਾ ਲਾਹੌਰ ਵਾਲੇ ਸਾਈਡ ਤੋਂ ਅੱਛਾ ਫਿਰ ਤਾਂ ਅਸੀਂ ਆਉਣਾ ਸੀ ਇੱਧਰੋਂ ਗੱਡੀ ਗਈ ਉਹ ਤੁਸੀਂ ਦੇਖੀ ਹਾਂ ਯਾਨੀ ਉਹ ਗੱਡੀ ਬਚ ਗਈ ਸੀ ਨਹੀਂ ਇੱਧਰ ਵੀ ਮਾਰੇ ਹੋਊਗੇ ਬਾਅਦ ਵੇਲੋ ਗਈ ਇੰਡੀਆ ਨੂੰ ਫਿਰ ਅੰਬਰ ਦਰ ਜਾ ਕੇ ਗੱਡੀ ਖੜੀ ਫਿਰ ਸਾਡੀ ਗੱਡੀ ਇੱਧਰ ਫੌਜ ਗਈ ਨਾ ਫਿਰ ਦੁਬਾਰਾ ਉਹ ਜਿਹੜਾ ਚਲਾਉਣ ਵਾਲਾ ਸੀ ਨਾ ਗਾਰਡ ਉਹ ਵੀ ਬੇਈਮਾਨ ਸੀ ਵੀ ਇੱਥੇ ਜੰਗਲ 'ਚ ਤੁਹਾਨੂੰ ਮਾਰ ਲੈਣ ਅੱਛਾ ਹਾਂ ਹਾਂ ਫਿਰ ਇੱਧਰੋਂ 20 ਗੱਡੀਆਂ ਗਈਆਂ ਪਾਕਿਸਤਾਨ ਦੇ ਫੌਜ ਦੀਆਂ ਅੱਛਾ ਮੈਂ ਉੱਪਰ ਫੌਜਾਂ ਚੜ ਗਈਆਂ ਵੀ ਉੱਪਰ ਮੋਰਚੇ ਲਾ ਤੇ ਉਹਦੇ 'ਚ ਵੀ ਲਾਏ ਮੋਰਚੇ ਦੁਨੀਆਂ 'ਚ ਡੱਬਿਆਂ 'ਚ ਮੈਂ ਫਿਰ ਉਹ ਗੱਡੀ ਚੱਲੀ ਮਗਰ ਸਾਡੀ ਗੱਡੀ ਨੂੰ ਵਿਛੜਾ ਗਿਆ ਤੁਹਾਡੇ ਬੰਦਿਆਂ ਨੂੰ ਕੋਈ ਰਹਿਤ ਨਹੀਂ ਗਏ ਉੱਧਰ ਪਿੰਡ ਵਾਲੇ ਤੁਹਾਡਾ ਤਾਂ ਪਿੰਡ ਸ਼ਿਕਾਰੀ ਕੋਈ ਘਰ ਸੀ ਨਹੀਂ ਸਾਡੇ ਉਹ ਹੂਕਾਪੁਰ ਬਾੜੇ ਨੇ ਜਿਹੜੇ ਉੱਥਾ ਇੱਕ ਘਰ ਹੈਗਾ ਅੱਛਾ ਉਹ ਸਾਡੇ ਮਜਬੂਰ ਸਾਡੇ ਨਿਆਣਿਆਂ ਦੀ ਵਾਲੇ ਦਾ ਮਸ਼ੀਰ ਸੀਗਾ ਉਹਨਾਂ ਦੇ 5-7 ਜੀ ਉੱਧਰ ਰਹਿ ਗਏ ਉਹ ਆ ਗਏ ਵੀ ਹੈ ਇੱਧਰ ਅੱਛਾ ਉਹ ਉੱਥੇ ਫੂਕਾਪੁਰ ਬਾੜੇ 'ਚ ਹੀ ਬੈਠੇ ਹੈ ਆਹੋ ਉਹ ਫੂਕਾਪੁਰ ਬਾੜੇ ਹੈ ਸਾਡਾ ਫੂਕਾਪੁਰ ਬਾੜੇ ਦਾ ਆ ਅੱਛਾ ਫੂਕਾ ਨਾ ਉਹ ਹਯਾਤਪੁਰ ਹਯਾਤਪੁਰ ਬਾੜੇ 'ਚ ਰਹਿ ਗਏ ਹੁਣ ਉੱਥੇ ਹੈਗੇ ਵਾਕਈ ਹੈਗੇ ਉੱਥੇ ਤੇ ਕੋਈ ਜਨਾਨੀ ਤਾਂ ਨਹੀਂ ਸੀ ਰਹਿ ਗਈ ਨਾ ਨਾ
ਕੋਈ ਵੀ ਨਹੀਂ ਕੋਈ ਪਤਾ ਲੱਗਿਆ ਹੋਵੇ ਗੁਜਰਾਨੀ ਇੱਧਰ ਉੱਧਰ ਨਾ ਨਾ ਕੋਈ ਕੇ ਲਿਆਂਦੀ ਕੋਈ ਨਹੀਂ ਕੋਈ ਨਹੀਂ ਕੋਈ ਘੋੜਿਆਂ ਨਹੀਂ ਜਾਂਦੀ ਤੇ ਆ ਗਈਆਂ ਨੇ ਨਾਲ ਬਾਅਦ ਚ ਵੀ ਗਏ ਨੇ ਫੌਜ ਬਾਅਦ ਚ ਗਈ ਫੌਜਾਂ ਹਾਂ ਫੌਜ ਗਈ ਬਾਅਦ ਚ ਵੀ ਗਈ ਹੈ 20-20 ਦਾ ਏਰੀਆ ਨੇ ਸਾਡੇ ਬੰਦੇ ਇੱਥੇ ਲਾਹੌਰ ਚੋਂ ਗਏ ਘਰ ਜਨਰਲ ਨੂੰ ਮਿਲ ਕੇ ਉਹਨੇ 20-20 ਦਾ ਏਰੀਆ ਦੱਸਿਆ ਫਿਰ 20 ਮਿਲੇ ਕੋਈ ਭੈਣ ਤੀ ਕਿਸੇ ਦੀ ਕੀ ਪਤਾ ਸਾਨੂੰ ਤਾਂ ਪਤਾ ਮੈਨੂੰ ਉਮੀਦ ਹੈ ਵੀ ਕੋਈ ਬੱਚੀ ਚੀਜ਼ ਕਿਸੇ ਦੀ ਰਹੀ ਨਹੀਂ ਆ ਤੁਹਾਡੇ ਲਾਗੇ ਉੱਦਾਂ ਤਾਂ ਬਹੁਤ ਰਹੀਆਂ ਤਾਂ ਬੜੀਆਂ ਕਈ ਲੋਕ ਗਈਆਂ ਆਈਆਂ ਹੀ ਨਹੀਂ ਇੱਦਾਂ ਦੇ ਬਹੁਤ ਵਾਕਿਆ ਸਾਡੇ ਉੱਥੇ ਇੱਕ ਬੰਦੇ ਨੇ ਮੈਨੂੰ ਗੱਲ ਸੁਣਾਈ ਉਹ ਕਹਿੰਦਾ ਵੀ ਉੱਥੇ ਵੱਢ ਬਣਾ ਗਿਆ ਦੋ ਬੱਚੀਆਂ ਨਾ ਰਾਜਪੂਤਾਂ ਦੀਆਂ ਸੀਗੀਆਂ ਅੱਛਾ ਇਹ ਸਾਡੇ ਇਲਾਕੇ ਦੀ ਸੀਗੀਆਂ ਸਾਡੇ ਰਾਜਪੂਤ ਸੀਗੇ ਉਹ ਅੱਛਾ ਉੱਥੋਂ ਵੀ ਨਾ ਉਹ ਕੁੜੀਆਂ ਦੋਏ ਉਹ ਲੈ ਗਏ ਸਿੱਖ ਖਿੱਚ ਕੇ ਉਹਨਾਂ ਅੱਛਾ ਜਦ ਲੈ ਗਏ ਤਾਂ ਭਾਈ ਉਹ ਘਰ ਲੈ ਗਿਆ ਆਪਣੇ ਵਾਲਦ ਨੂੰ ਕਹਿੰਦਾ ਅੱਬਾ ਜੀ ਆ ਲੈਣੀਆਂ ਫਲਾਣੇ ਦੀਆਂ ਬੱਚੀਆਂ ਉਹਨਾਂ ਬੜੀਆਂ ਗਾਲਾਂ ਵਾਲੀਆਂ ਤੁਹਾਡੀ ਭੈਣ ਚੋਦਾ ਤੁਸੀਂ ਤਾਂ ਇਹ ਮੇਰੀਆਂ ਸਾਡੀਆਂ ਧੀਆਂ ਹੈ ਕਿਆ ਹੈ ਉਹ ਮੇਰਾ ਭਰਾ ਸੀਗਾ ਮੇਰਾ ਸੱਜਣ ਸੀ ਤੁਸੀਂ ਇਹ ਕਿਹੜਾ ਕੰਮ ਕਰਕੇ ਆਏ ਉਹਨਾਂ ਨੇ ਕੁੜੀਆਂ ਨੂੰ ਸਾਰੇ ਘਰ ਸੰਭਾਲ ਦਿੱਤਾ ਉਹਨਾਂ ਦੇ ਵਾਲਦ ਨੇ ਵੀ ਇਹ ਬੱਚਾ ਤੁਹਾਡੇ ਘਰ ਹੈ ਮੈਂ ਜਿੰਦਾ ਰਿਹਾ ਤੁਹਾਨੂੰ ਆਪਣੇ ਮਾਂ ਬਾਪ ਕੋਲ ਨੂੰ ਪਜਾਊਗਾ ਉਹਨਾਂ ਮੁੰਡਿਆਂ ਨੂੰ ਕਹਿੰਦਾ ਪੁੱਤ ਇੱਧਰ ਨੂੰ ਗਹਿਰੀ ਆ ਕੇ ਤੁਹਾਡੀਆਂ ਛੱਡੀਆਂ ਭੈਣਾਂ ਭਾਈ ਵੀ ਫਿਰ ਉਹ ਡੇਢ ਮਹੀਨਾ ਰਹੀ ਗਿਆ ਜਦੋਂ ਅਮਲ ਹੋ ਗਿਆ ਫਿਰ ਉਹਨੇ ਉੱਥੋਂ ਇੰਡੀਆ ਜੋ ਅਖਬਾਰ ਕਢਾਈ ਫਿਰ ਉਹਨੇ ਅੱਛਾ ਇੰਡੀਆ ਜੋ ਅਖਬਾਰ ਕਢਾਈ ਉਹ ਮੀਆਂ ਚੱਲੂ ਆ ਗਏ ਸੀ ਉਹ ਜਿਹੜੇ ਉਹਦੇ ਕੁੜੀਆਂ ਦਾ ਟੱਬਰ ਸੀ ਹਾਂ ਜਿਹੜੇ ਚਾਚੇ ਤਾਏ ਨਾਲ ਸੀ ਉਹ ਕਿਹੜੇ ਚਾਕੇ ਤੋਂ ਜਾ ਇਹ ਕੋਈ ਪਤਾ ਨਹੀਂ ਮੀਆਂ ਚੱਲੂ ਵਾਲਾ ਆਇਆ ਉਹ ਬੰਦਾ ਮੈਨੂੰ ਦੱਸਦਾ ਸੀਗਾ ਤੁਸੀਂ ਆਓ ਬੱਚੀਆਂ ਲੈ ਜਾਓ ਪਿੰਡ ਦਾ ਤਾਂ ਉਹਨੂੰ ਪਤਾ ਨੀ ਮੈਂ ਚੋ ਪੰਜ ਚਾਰ ਬੰਦੇ ਪੰਜ ਚਾਰ ਮਾਈਆਂ ਗਈਆਂ ਉੱਥੇ ਤੇ ਫਿਰ ਉੱਥੋਂ ਫਿਰ ਕੁੜੀਆਂ ਨੂੰ ਉਹਨਾਂ ਨੇ ਦੱਸਦੇ ਬਈ ਦੱਸਿਆ ਅੱਧਾ ਅੱਧਾ ਕਿਲੋ ਸੋਨਾ ਪਾਇਆ ਉਹਨਾਂ ਨੇ ਮਤਲਬ ਚੰਗੀ ਤਰ੍ਹਾਂ ਤੋੜ ਗਿਆ ਉਹ ਧੀਆਂ ਬਣਾ ਕੇ ਚੋਰੀਆਂ ਪੰਜ ਸੱਤ ਸੱਤ ਸੂਟ ਉਹਨਾਂ ਨੂੰ ਵੀ ਦਿੱਤੇ ਉਹਨੇ ਉਹਨਾਂ ਨੇ ਵਾਅਦਾ ਕੀਤਾ ਵੀ ਜਿਸ ਦਿਨ ਇਹ ਬੱਚੀਆਂ ਦਾ ਵਿਆਹ ਕਰੋ ਨਾ ਸਾਨੂੰ ਤੁਸੀਂ ਛੱਡੋ ਫਿਰ ਉਹਨਾਂ ਨੂੰ ਸਭ ਬਣੀ ਹੋਈ ਸਿੱਖ ਸੀਗੇ ਉਹ ਸਿੱਖ ਸੀਗੇ ਕੋਈ ਪਿੰਡ ਦਾ ਯਾਦ ਆ ਵੀ ਉਹ ਕਿਹੜੇ ਪਿੰਡ 'ਚ ਕੁੜੀਆਂ ਰਹੀਆਂ ਜਿਨ੍ਹਾਂ ਨੇ ਮੈਂ ਨਹੀਂ ਯਾਦ ਤੁਹਾਡੇ ਵਾਲਦ ਸਾਹਿਬ ਫਿਰ ਯਾਦ ਕਰਦੇ ਰਹੇ ਆਪਣੇ ਪਿੰਡ ਨੂੰ ਬੜਾ ਯਾਦ ਕੀਤਾ ਉਹਨਾਂ ਨੇ ਬੜੇ ਜ਼ੋਰ ਲਾਇਆ ਵੀ ਤੂੰ ਮੁੜ ਪਿੱਛੇ ਨੂੰ ਤੈਨੂੰ ਪਹੁੰਚਾਵਾਂਗੇ ਉਹ ਕਹਿੰਦੇ ਇੱਥੇ ਆ ਕੇ ਵੀ ਜਮੀਨ ਸਾਨੂੰ ਹੈ ਨੀ ਉੱਤਰ ਰੱਬ ਦਾ ਆਸਾਨ ਹੈ ਸਾਡੇ ਮਕਾਨ ਪੱਕੇ ਪੁੱਕੇ ਨਹੀਂ ਬੜਾ ਸੋਹਣਾ ਕੰਮ ਕਾਰ ਮੈਂ ਦੇਖਿਆ ਵੀ ਬੜਾ ਸੋਹਣਾ ਹੋ ਗਿਆ ਹਾਂ ਪੱਕੇ ਮਕਾਨ ਸਾਰੇ ਪਾਏ ਹੋਏ ਆ ਤੇ ਆਪਣੀ ਰੋਜ਼ੀ ਕਮਾਉਂਦੇ ਆ ਕਬਰਸਤਾਨ ਮਸਜਿਦ ਦੇ ਵਿੱਚ ਮਾਰੇ ਸੀ ਉਹ ਮੈਂ ਕਰਨਾ ਉਹ ਮੈਂ ਪਤਾ ਕਰਨਾ ਵੀ ਉਹ ਬੰਦਾ ਅਗਰ ਕਿਹੜਾ ਹੈ ਉਹਦੀ ਗੱਲਬਾਤ ਸਾਨੂੰ ਸੁਣਾਓ ਤਾਂ ਸਹੀ ਵੀ ਉਹਨੂੰ ਕਿੰਨਾ ਕੁ ਪਛਤਾਵਾ ਜਿਹਨਾਂ ਲੋਕਾਂ ਨੇ ਇਹ ਮਾਰ ਵੰਡ ਕੀਤੀ ਹੈ ਨਾ ਜੀ ਦੋਨੋਂ ਹੀ ਪਾਸੇ ਅੱਲਾ ਨੇ ਉਹਨਾਂ ਕੋਲ ਇਨਸਾਫ਼ ਕਰਾਇਆ ਫਿਰ ਮੈਂ ਸੁਣਿਆ ਬੰਦੇ ਹਾਲਾਤ ਚ ਮਰੇ ਮੈਂ ਇੱਥੇ ਬੰਦਾ ਜਾ ਕੇ ਸਾਡਾ ਹੀ ਹਾਂ ਉਹ ਚੱਕ ਬੈਠੇ ਆ ਅੱਛਾ ਉਹ ਮਾਜੀ ਚ ਮੈਨੂੰ ਸਾਹ ਟੱਕਰਿਆ ਸੀ ਅੱਛਾ ਉਹ ਕਹਿੰਦਾ ਮੈਂ ਉਹ ਹਿਆਸਪੁਰ ਵਾੜਿਆ ਦਾ ਸੀਗਾ ਅੱਛਾ ਕਹਿੰਦਾ ਵੀ ਗੱਲ ਹੈ ਵੀ ਉਹ ਲੋਕ ਚਾਚਾ ਮੈਂ ਆਪਣੀ ਅੱਖੀ ਦੇਖੇ ਹਾਂ ਵੀ ਉਹ ਉਹਨਾਂ ਨੂੰ ਕੀੜਿਆਂ ਨੇ ਵੀ ਨਹੀਂ ਚੱਲਿਆ ਹਾਂ ਹਾਂ ਉਹਨਾਂ ਨੂੰ ਕੀੜਿਆਂ ਨੇ ਵੀ ਨਹੀਂ ਚੱਲਿਆ ਜਿਹਨਾਂ ਨੇ ਜ਼ੁਲਮ ਕੀਤਾ ਸੀ ਉਸ ਨੂੰ ਕੀਤਾ ਸੀ
ਖਬਰ ਅਖਬਾਰ ਚ ਪੜ੍ਹੀ ਆ ਕੋਈ ਕਿਸੇ ਘਰ ਦੀ ਨੂੰਹ ਆ ਜਾਂ ਧੀ ਆ ਉਹ ਉੱਥੇ ਦੀ ਪੰਚਾਇਤ ਹੁੰਦੀ ਸਰਪੰਚ ਹੁੰਦੇ ਨਾ ਪੈਂਚ ਹੁੰਦੇ ਉਹ ਪੰਚਾਇਤ ਦੀ ਮੈਂਬਰ ਬਣੀ ਵੋਟਾਂ ਲੈ ਕੇ ਕਾਂਗਰਸ ਵੱਲੋਂ ਰਵੀਨਾ ਬੇਗਮ ਦਾ ਨਾਂ ਸੀ ਉਹਨੇ ਕਾਂਗਰਸ ਨੂੰ ਵੀ ਹਰਾਇਆ ਬੀਜੇਪੀ ਨੂੰ ਵੀ ਕਾਂਗਰਸ ਦੀ ਤਾਂ ਆਪ ਸੀ ਪਾਰਟੀ ਹੋ ਸਕਦਾ ਝਾਂਡੀਆਂ ਦੀ ਹੋਵੇ ਪਰ ਉਹ ਇੱਕ ਨਾ ਯੂਨੀਅਨ ਕੌਂਸਲ ਦੀਆਂ ਜਿੱਦਾਂ ਕਹਿੰਦੇ ਉਹਨੇ ਬੁਲਾ ਕੇ ਝਾਂਡੀਆਂ ਵਾਲੇ ਵੀ ਬੈਠੇ ਬੜੀ ਸੋਹਣੀ ਤੁਹਾਡੇ ਨਾਲ ਗੱਲਬਾਤ ਹੋਈ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਸਿਹਤ ਦਾ ਖਿਆਲ ਰੱਖੋ ਸਰਦੀ ਬਹੁਤ ਹੈ ਅੱਲਾ ਤੁਹਾਨੂੰ ਨੌ ਪਰ ਨੌ ਰੱਖੇ ਕੈਮ ਬੈਮ ਰੱਖੇ ਤੁਹਾਡੇ ਪਿੰਡ ਦੀ ਖੈਰ ਕਰੇ ਇੱਥੇ ਵਾਲੇ ਦੀ ਵੀ ਤੇ ਦੇਸ਼ ਵਾਲੇ ਦੀ ਵੀ ਅੱਲਾ ਖੈਰ ਕਰੇ ਹਾਂ।